ਜਦੋਂ ਵੀ ਅਸੀਂ ਕਿਸੇ ਚੰਗੇ ਮਕਸਦ ਦੇ ਲਈ ਅੱਗੇ ਵਧ ਰਹੇ ਹੁੰਦੇ ਆ ਨਾ ਤਾਂ ਸਾਨੂੰ ਦੂਸਰਿਆਂ ਤੋਂ ਬਹੁਤ ਉਮੀਦ ਹੁੰਦੀ ਹੈ ਕਿ ਉਹ ਸਾਡੇ ਕੰਮ ਦੀ ਕਲਾ ਦੀ ਜਾਂ ਸਾਡੇ ਗੁਣਾ ਦੀ ਪ੍ਰਸ਼ੰਸਾ ਕਰਨਗੇ ਕਿਉਂਕਿ ਇਹ ਪ੍ਰਸ਼ੰਸਾ ਸਾਡੀ ਹੌਂਸਲਾ ਫੁਜਾਈ ਕਰਦੀ ਹੈ ਤੇ ਸਾਨੂੰ ਕੰਮ ਨੂੰ ਹੋਰ ਵੀ ਵਧੀਆ ਢੰਗ ਨਾਲ ਕਰਨ ਦੇ ਲਈ ਪ੍ਰੇਰਿਤ ਕਰਦੀ ਹੈ ਜਿਆਦਾ ਉਮੀਦ ਸਾਨੂੰ ਇਹ ਆਪਣਿਆਂ ਤੋਂ ਹੁੰਦੀ ਹੈ ਪਰ ਜਦੋਂ ਸਾਨੂੰ ਇਹ ਹੰਗਾਰਾ ਨਹੀਂ ਨਾ ਮਿਲਦਾ ਤਾਂ ਅਸੀਂ ਨਿਰਾਸ਼ਾਤ ਹੋ ਜਾਂਦੇ ਹਾਂ ਪਰ ਨਹੀਂ ਇਹ ਜ਼ਰੂਰੀ ਤਾਂ ਨਹੀਂ ਕਿ ਦੂਸਰੇ ਸਾਨੂੰ ਉਤਸ਼ਾਹਿਤ ਹੀ ਕਰਨਗੇ ਇਸ ਲਈ ਜੇਕਰ ਜ਼ਿੰਦਗੀ 'ਚ ਅੱਗੇ ਵਧਣਾ ਚਾਹੁੰਦੇ ਹੋ ਨਾ ਤਾਂ ਆਪਣੇ ਆਪ ਨੂੰ ਖੁਦ ਉਤਸ਼ਾਹਿਤ ਅਤੀ ਪ੍ਰਭਾਵਿਤ ਕਰਨ ਦੀ ਜਾਤ ਸਿੱਖਣੀ ਚਾਹੀਦੀ ਹੈ ਤਾਂ ਕਿ ਜਦੋਂ ਵੀ ਕਦੇ ਮਨ ਟੈਂਦੀ ਕਲਾ ਵਿੱਚ ਜਾਵੇ ਨਾ ਤਾਂ ਅਸੀਂ ਆਪਣੇ ਆਪ ਨੂੰ ਖੁਦ ਮੋਟੀਵੇਟ ਕਰਕੇ ਹੌਂਸਲਾ ਦੇ ਕੇ ਹਿੰਮਤ ਦੇ ਕੇ ਫਿਰ ਚੜਦੀ ਕਲਾ ਵਿੱਚ ਹੋ ਜਾਈਏ ਕਿਉਂਕਿ ਸਾਡੀਆਂ ਰੁਚੀਆਂ ਸਾਡੇ ਗੁਣ ਸਾਡੀ ਕਲਾ ਕਿਸੇ ਦੀ ਪ੍ਰਸ਼ੰਸਾ ਦੀ ਮਤਾਜ ਨਹੀਂ ਇਸ ਲਈ ਆਪਣੇ ਆਪ ਨੂੰ ਹੱਲਾਸ਼ੇਰੀ ਦਿੰਦੇ ਰਹੀਏ ਤੇ ਆਪਣੇ ਗੁਨਾ ਸ਼ੌਂਕ ਅਤੇ ਆਪਣੀਆਂ ਰੁਚੀਆਂ ਦੇ ਵਿੱਚ ਦਿਨ-ਬਦਨ ਨਿਖਾਰ ਕਰਦੇ ਰਹੀਏ